ਫਰਿਸ਼ਤਾ ਜ਼ਮੀਨ ਤੇ ਉਤਾਰਿਆ। ਇਹ ਆਮ ਸ਼ਹਾਦਤਾਂ ਜੋ ਸ਼ਹਾਦਤ ਹੁੰਦੀ ਤੇ ਅੱਗੇ ਇੰਨੇ ਸ਼ਹੀਦ ਹੁੰਦੇ ਨੇ, ਕਿਹਦੀ ਦਲਾਲੀ, ਅੱਲਾਹ ਦੇ ਰਸੂਲ ਦੇ ਨਾਲ ਬੜੇ ਸ਼ਹੀਦ ਹੋਏ ਇਮਾਮ ਸ਼ਹੀਦ, ਇੱਕ ਵੀ ਨਹੀਂ ਵਾਕਿਆ। ਔਰ ਮੈਂ ਉਹ ਸੁਣਾ ਰਿਹਾ ਜਿਹੜਾ ਹਦੀਸ ਦੇ ਅੰਦਰ, ਨਾ ਇਹ ਕੋਈ ਕਾਤਲ ਦੀ ਗੱਲ ਹੈ ਨਾ ਤਾਰੀਖ ਦੀ, ਹਦੀਸ ਦੇ। ਔਰ ਮੈਂ ਹਰ ਸ਼ਖਸ ਨੂੰ ਦਾਅਵਤ ਦੇਊਂਗਾ, ਮੇਰੇ ਅਹਿਲ ਹਦੀਸ ਭਰਾ ਹੈ, ਮੇਰੇ ਅਹਿਲ ਅਹਿਲ ਸੁਨਤ ਭਰਾ ਹੈ, ਤੁਸੀਂ ਵੀ ਮੇਰੇ ਭਰਾ ਦੇ। ਜੋ ਹਵਾਲਾ ਵੇਖਣਾ ਚਾਹੇ ਹਵਾਲਾ ਲੈ, ਉਹਨੂੰ ਫੋਟੋ ਸਟੇਟ ਕਰਾਏ ਕਿ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਪੇਸ਼ ਕੀ, ਖਬਰ ਨਹੀਂ ਦਿੱਤੀ ਕਿ ਹੁਸੈਨ ਰਜ਼ੀ ਅੱਲਾਹ ਤਾਲਾ ਸ਼ਹੀਦ ਹੋਣਾ, ਫਰਿਸ਼ਤਾ ਇਜਰਾ ਦੇਣ ਨਹੀਂ ਆਇਆ। ਔਰ ਉਹ ਮੈਦਾਨ ਨਹੀਂ ਦੱਸਿਆ ਗਿਆ ਕਿ ਤਫ ਦਰਿਆਏ ਫਰਾਤ ਦਾ ਕਿਨਾਰਾ ਜਿੱਥੇ ਹੁਸੈਨ ਅਲੈਹਿ ਸਲਾਮ ਨੇ ਸ਼ਹੀਦ ਹੋਣਾ। ਇਸ ਤੋਂ ਇੱਕ ਤਾਂ ਇਹ ਹੈ, ਬਾਕੀ ਸ਼ਹਾਦਤਾਂ ਦੇ ਮੁਕਾਬਲੇ 'ਚ ਵੱਖਰੀ ਗੱਲ ਹੈ ਵੀ ਇੱਕ ਆਦਮੀ ਜਾਣਦਿਆਂ ਹੋਇਆ ਔਰ ਬਿਲਕੁਲ ਪਤਾ ਹੁੰਦਿਆਂ, ਨਹੀਂ ਤਾਂ ਬੜਿਆਂ ਬੜਿਆਂ ਦੇ ਹੌਸਲੇ ਟੁੱਟ ਜਾਂਦੇ ਵੀ ਯਾਰ ਹਾਰ ਵੱਲ ਨੂੰ ਕਿਉਂ ਜਾਣਾ, ਸ਼ਿਕਸਤ ਕਿਉਂ ਮੇਰਾ ਮੁਕਦਰ ਬਣੇ। ਮਗਰ ਇਮਾਮ ਅਲੈਹਿ ਸਲਾਮ ਜਿੰਨਾ ਜਿੱਤਣ 'ਤੇ ਖੁਸ਼ ਸੀ ਉਹ ਤੋਂ ਜ਼ਿਆਦਾ ਸ਼ਹਾਦਤ 'ਤੇ ਖੁਸ਼। ਅਲਾਮਾ ਇਕਬਾਲ ਰਹਿਮਤੁਲ੍ਲਾਹ ਅਲੈਹ ਫਰਮਾਉਂਦੇ, ਗਰ ਚ ਹਰ ਮਰਗਸਤ ਪਰ ਮੋਮਿਨ ਸ਼ਤਕ, ਮੋਮਿਨ ਕਿਸੇ ਵੀ ਹਾਲਤ 'ਚ ਮਰੇ ਅਗਰ ਅਕੀਦਾ ਰਹੀ ਇਮਾਨ ਦਰੁਸਤ ਹੈ ਤਾਂ ਉਹਦੇ ਲਈ ਬੜੀ ਆਲਾ ਅੱਛੀ ਮੌਤ ਹੈ। ਗਰ ਚ ਹਰ ਮਰਗਸਤ ਪਰ ਮੋਮਿਨ ਸ਼ਕਰ, ਮਰ ਗਏ ਪੂਰੇ ਮੁਰਤਦਾ ਚੀਜ਼ੇ ਦਿਗਰ, ਮਗਰ ਮੁਰਤਦਾ ਅਲੀਏ ਮੁਰਤਦਾ ਦੇ ਪੁੱਤਰ ਦੀ ਮੌਤ ਕੋਈ ਅਨੋਖੀ ਮੌਤ। ਇੱਦਾਂ ਦਾ ਜਾਣਦਿਆਂ ਹੋਇਆ ਕਿ ਮੈਂ ਸ਼ਹੀਦ ਹੋਣਾ ਅਤੇ ਫਿਰ ਨਾ ਡਰਨਾ, ਨਾ ਘਬਰਾਉਣਾ, ਨਾ ਜ਼ਰਾ ਵੀ ਦਿਲ ਦੇ ਅੰਦਰ ਕਮਜ਼ੋਰੀ ਆਉਣੀ। ਇੰਨੀ ਦਲੇਰੀ ਨੇ ਬੜੇ ਬੜੇ ਦੁਸ਼ਮਣ ਜਿਹੜੇ ਮੌਕਾ ਸੀ ਆਉਂਦੇ, ਯਾਰ ਅਸੀਂ ਜਦੋਂ ਵੇਖਿਆ ਬੇਕ ਆਦਮੀ ਦੇ ਇੰਨੇ ਬੱਚੇ ਭਤੀਜੇ ਭਰਾ ਸ਼ਹੀਦ ਹੋ ਚੁੱਕੇ, ਸਾਥੀ ਮਾਰੇ ਗਏ, ਮਗਰ ਅਸੀਂ ਉਹਦੇ 'ਚ ਕਮਜ਼ੋਰੀ ਨਹੀਂ ਵੇਖੀ। ਐਡਾ ਬਹਾਦਰ ਦਲੇਰ ਅਸੀਂ ਵੇਖਣ 'ਚ ਕੋਈ ਨਹੀਂ ਸਾਡੇ ਆਇਆ। ਇੰਨੀ ਦਲੇਰੀ ਜਨਮ ਤੋਂ ਬਾਅਦ ਕਿ ਅਸਲ 'ਤੇ ਮੇਰਾ ਮੁਕਾਮ ਆਖਰ 'ਤੇ ਸ਼ਹਾਦਤ ਜੀ, ਫਿਰ ਡਟੇ ਰਹਿਣਾ ਔਰ ਪੱਕੇ ਰਹਿਣਾ, ਇਹ ਇਮਾਮ ਅਲੈਹਿ ਸਲਾਮ ਦੀ ਖਾਸ ਖਸੂਸੀਅਤ, ਬੜੀ ਵੱਡੀ ਗੱਲ ਹੈ। ਔਰ ਦੂਸਰਾ ਜਿਹੜਾ ਮਕਸਦ ਹੈ ਇਮਾਮ ਅਲੈਹਿ ਸਲਾਮ ਦੇ ਸਾਹਮਣੇ ਅਜ਼ੀਮ,